ਨਹੀਂ ਮੈਂ ਰਿਹਾ ਛੋੜਾ, ਮੈਂ ਮਰ ਜਾਣਾ, ਨਹੀਂ ਤੇ ਮੇਰਾ ਭਰਾ ਛੇਤੀ ਲੈ ਆਵੋ, ਮੇਰਾ ਛੇਤੀ ਲੈ ਕੇ ਆਓ, ਮੇਰਾ ਵੀਰ ਕਰਾ ਘਰ ਆ ਜੇ, ਮੈਨੂੰ ਹੋਰ ਕੁਛ ਨੀ ਚਾਹੀਦਾ, ਮੇਲਾ ਮੇਰਾ ਭਰਾ ਆ ਜੇ ਘਰ। ਹਾਂਜੀ ਮਾਤਾ ਜੀ, ਜਿਹੜੇ ਤੁਹਾਡੇ ਬੇਟੇ ਦੀ ਅੱਜ ਡੈਥ ਹੋਈ ਆ ਦੁਬਈ ਦੇ ਵਿੱਚ, ਕੀ ਨਾਮ ਸੀ ਉਹਦਾ? ਉਹਦਾ ਨਾਮ ਜੱਜ ਹੀ। ਤੇ ਕੀ ਗੱਲਬਾਤ ਕੀ ਹੋਈ ਹੈ ਜੀ? ਗੱਲਬਾਤ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ। ਹਾਂਜੀ ਕੱਲ ਨੂੰ ਪਤਾ ਲੱਗਾ ਵੀ ਉਹਦੇ ਸੱਟ ਲੱਗ ਗਈ ਆ। ਬਾਅਦ ਚ ਪਤਾ ਲੱਗਾ ਘੰਟੇ ਤੱਕ ਵੀ ਉਹ ਮਸ਼ੀਨ ਥੱਲੇ ਆ ਗਿਆ ਵਾ। ਮਤਲਬ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ? ਉਹਨੂੰ 1.5 ਸਾਲ ਹੀ ਪਾਉਣੇ, 2 ਸਾਲ ਹੀ ਹੋ ਗਏ ਆ। ਜਿਹੜੀ ਤੁਹਾਡੀ ਲਾਸਟ ਟਾਈਮ ਗੱਲ ਹੋਈ, ਫਿਰ ਤੁਹਾਡੇ ਨਾਲ ਕੀ ਗੱਲਾਂ ਬਾਤਾਂ ਕੀਤੀਆਂ ਨੇ? ਗੱਲਾਂ ਬਾਤਾਂ ਉਹ ਕੀਤੀਆਂ, ਮੰਮੀ ਤੂੰ ਠੀਕ ਠਾਕ ਆ? ਮੰਮੀ ਮੈਨੂੰ ਤੁਰ ਕੇ ਦੱਸ, ਤੂੰ ਸੱਟ ਲੱਗੀ ਆ ਮੈਨੂੰ ਇੱਕ ਵਾਰੀ ਤੁਰ ਕੇ ਦੱਸ। ਮੈਂ ਬੱਚੇ ਮੈਂ ਠੀਕ ਠਾਕ ਆ, ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ। ਤੇ ਮਤਾ ਇਹ ਦੂਜੇ ਵੀਰ ਜਿਹੜਾ ਵਿਆਹ ਹੈਗਾ ਕੁਵਾਰਾ ਸੀ? ਹਾਂਜੀ ਉਹ ਕੁਵਾਰਾ ਸੀ। ਕਿੰਨੀਆਂ ਕਿੰਨੀਆਂ ਭੈਣਾਂ ਕਿੰਨੇ ਭਰਾ ਨੇ? 2 ਭਰਾ 2 ਭੈਣਾਂ ਵਾ। ਹਾਂਜੀ ਇੱਕ ਵਿਆਹੀ ਆ। ਕੀ ਆਪਾਂ ਮੰਗ ਕੀ ਕਰਦੇ ਆ ਪੰਜਾਬ ਸਰਕਾਰ ਜਾਂ ਜੇ ਕਿਸੇ ਵੇਲੇ ਕਰਨੀ ਆ? ਮੇਰੇ ਬੱਚੇ ਦੀ ਡੈਡ ਬੋਡੀ ਮੇਰੇ ਘਰ ਆਉਣੀ ਚਾਹੀਦੀ ਆ। ਮੈਂ ਬਹੁਤ ਗਰੀਬ ਵਾਂ, ਅਸੀਂ ਬਹੁਤ ਗਰੀਬ ਵਾਂ, ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹੀ। ਮੇਰਾ ਜੀ ਪ੍ਰਗਟ ਸਿੰਘ ਹੈ ਜੀ ਨਾਮ ਮੇਰਾ। ਇਹ ਜਿਹੜੇ ਨੌਜਵਾਨ ਦੀ ਡੈਥ ਹੋਈ ਆ, ਕੀ ਮਾਮਲਾ ਕੀ ਆ ਜੀ? ਇਹ ਜੀ ਜੋਰਡਨ ਸੀ ਆ, ਇਹਨਾਂ ਦੇ ਪਿਤਾ ਜੀ ਦਾ ਨਾਂ ਆ ਬਾਰੀ ਦਰਬਾਰਾ ਸੀ। ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਅਤੇ ਉੱਥੇ ਕੱਲ੍ਹ ਪਤਾ ਲੱਗਾ ਵੀ ਕੰਮ ਕਰਦਿਆਂ ਕੋਈ ਮਸ਼ੀਨ ਉੱਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਆ ਅਤੇ ਉਹਦੀ ਸਪੋਰਟਲੀ ਡੈਥ ਹੋ ਗਈ ਹੈ। ਔਰ ਇਹ ਬਹੁਤ ਗਰੀਬ ਪਰਿਵਾਰ ਆ। ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨ ਜੀ ਓ ਜਾਂ ਹੋਰ ਜੋ ਟੀਮਾਂ ਪਿੰਡਾਂ ਦੇ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਗਰੀਬ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਕਿ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਹੈਲਪ ਹੋ ਸਕੇ। ਸਰ ਇਹ ਜਿਹੜੀ ਕੰਪਨੀ 'ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਜਾਂ ਕਿਸੇ ਹੋਰ ਨੂੰ? ਸਾਡੀ ਤਾਂ ਨਹੀਂ ਹੋਈ, ਪਰ ਅਸੀਂ ਕੰਪਨੀ ਨੂੰ ਵੀ ਕਹਾਂਗੇ ਵੀ ਉਹਨਾਂ ਦੀ ਕੰਪਨੀ 'ਚ ਕੰਮ ਕਰਦਾ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵੀ ਇਹਨਾਂ ਦੀ ਮਦਦ ਕਰੇ ਔਰ ਉੱਥੋਂ ਜੋ ਡੈਡ ਬਾਡੀ ਆ ਉਹ ਵੀ ਕੰਪਨੀ ਜੋ ਛੇਤੀ ਛੇਤੀ ਜਿਹੜੀ ਇੰਡੀਆ ਭੇਜੀ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਡੈਡ ਬਾਡੀ ਆ ਸਕੇ। ਸਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇੰਸ਼ੋਰੈਂਸ ਹੁੰਦੀ ਆ, ਉਹਦਾ ਬੈਨੀਫਿਟਸ ਵੀ ਹੁੰਦੇ ਨੇ, ਤੁਸੀਂ ਉਹ ਮੰਗ ਕਰੋ ਕਿ ਉਹਦੇ? ਬਿਲਕੁਲ ਬਿਲਕੁਲ ਜੀ, ਜਦੋਂ ਬੰਦੇ ਇੱਥੋਂ ਜਾਂਦੇ ਨੇ ਉਹਨਾਂ ਦੀ ਸੋਰਸ ਹੁੰਦੀ ਆ, ਅਸੀਂ ਮੰਗ ਕਰਦੇ ਹਾਂ ਕੌਮੀ ਨੂੰ ਵੀ ਜੋ ਵੀ ਉਹਨਾਂ ਦਾ ਬਣਦਾ ਆ ਕੇ ਉਹਨਾਂ ਨੂੰ ਜੋ ਦਿੱਤਾ ਜਾਵੇ ਉਹਦੇ ਮਾਪਿਆਂ ਨੂੰ।